ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਬਣਾਵਾਂਗੇ ਪੁਦੀਨੇ ਅਤੇ ਇਮਲੀ ਦੀ ਇੱਕ ਅਲੱਗ ਤਰ੍ਹਾਂ ਦੀ ਚਟਨੀ। ਚਟਨੀ ਬਣਾਉਣ ਦੇ ਲਈ ਮੈਂ 2 ਪਿਆਜ਼ ਲਏ ਆ, 1 ਖੀਰਾ ਲਿਆ ਹੈ, 1 ਟਮਾਟਰ ਲਿਆ ਹੈ, ਥੋੜ੍ਹੇ ਜਿਹੀਆਂ ਪੁਦੀਨੇ ਦੀਆਂ ਪੱਤੀਆਂ ਲਈਆਂ ਅਤੇ ਥੋੜ੍ਹਾ ਜਿਹਾ ਧਨੀਏ ਦੀਆਂ ਪੱਤੀਆਂ ਇਹਦੇ ਵਿੱਚ ਪਾਈਆਂ ਹੋਈਆਂ। ਅਤੇ ਆਹ ਮੈਂ ਇਮਲੀ ਦਾ ਪਲਪ ਕੱਢ ਕੇ ਰੱਖਿਆ ਹੈ। ਇਮਲੀ ਨੂੰ ਮੈਂ ਭਿਉਂ ਕੇ ਪਾਣੀ 'ਚ ਭਿਉਂ ਕੇ ਰੱਖ ਦਿੱਤਾ ਸੀ ਅਤੇ ਉਹਦਾ ਪਲਪ ਕੱਢ ਲਿਆ। ਹੁਣ ਸਭ ਤੋਂ ਪਹਿਲਾਂ ਮੈਂ ਚੋਪਰ ਦੇ ਵਿੱਚ ਧਨੀਏ ਅਤੇ ਪੁਦੀਨੇ ਦੀਆਂ ਪੱਤੀਆਂ ਜਿਹੜੀਆਂ ਉਹਨਾਂ ਨੂੰ ਚੋਪ ਕਰ ਲਵਾਂਗੀ। ਉਸ ਤੋਂ ਬਾਅਦ ਮੈਂ ਇਹਦੇ 'ਚ ਪਿਆਜ਼ ਕੱਟ ਕੇ ਪਾ ਦਾਂਗੀ, ਟਮਾਟਰ, ਖੀਰਾ ਇਹ ਸਾਰੇ ਇਹਦੇ ਨਾਲ ਹੀ ਚੋਪ ਕਰ ਲਵਾਂਗੇ। ਸਾਰਾ ਕੁਛ ਮੈਂ ਚੋਪ ਕਰ ਲਿਆ ਸਾਰੀਆਂ ਸਬਜ਼ੀਆਂ। ਅਤੇ ਹੁਣ ਇਹਨੂੰ ਮੈਂ ਜਿਹੜਾ ਸੀ ਇਮਲੀ ਦਾ ਪਲਪ ਕੱਢ ਕੇ ਰੱਖਿਆ ਹੈ ਪਾਣੀ, ਉਹਦੇ ਵਿੱਚ ਇਹਨੂੰ ਮਿਕਸ ਕਰ ਦਾਂਗੇ। ਇਹ 'ਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਮਿਕਸ ਕਰ ਲਵਾਂਗੇ। ਹੁਣ ਮੈਂ ਇਹਦੇ 'ਚ ਨਮਕ ਪਾਵਾਂਗੀ। 1 ਛੋਟਾ ਚਮਚ ਮੈਂ ਕਾਲੇ ਨਮਕ ਦਾ ਪਾਇਆ, ਥੋੜ੍ਹੀ ਜਿਹੀ ਕਾਲੀ ਮਿਰਚ ਪਾਈ ਆ, 1 ਚਮਚ ਮੈਂ ਪਾਇਆ ਸਫੇਦ ਸਾਦਾ ਨਮਕ, 1 ਚਮਚ ਮੈਂ ਗਰਮ ਮਸਾਲਾ ਪਾਇਆ, 1/2 ਛੋਟਾ ਚਮਚ ਪਾਇਆ ਦਿੱਗੀ ਲਾਲ ਮਿਰਚ ਦਾ, ਥੋੜ੍ਹੀ ਜਿਹੀ ਹਰੀ ਮਿਰਚ ਪਾਈ ਹੈ ਟੇਸਟ ਦੇ ਅਕੋਰਡਿੰਗ, ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ। ਥੋੜ੍ਹਾ ਜਿਹਾ ਪਾਇਆ ਮੈਂ ਚਾਟ ਮਸਾਲਾ। ਹੁਣ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ। ਮਿਕਸ ਕਰਨ ਤੋਂ ਬਾਅਦ ਮੈਂ ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਮਿੱਠਾ ਪਾਵਾਂਗੀ। ਤੁਸੀਂ ਚੀਨੀ ਵੀ ਪਾ ਸਕਦੇ ਹੋ, ਪਰ ਮੈਂ ਸ਼ੱਕਰ ਪਾਈ ਆ, 2 ਛੋਟੇ ਚਮਚ ਮੈਂ ਸ਼ੱਕਰ ਦੇ ਪਾਏ ਆ। ਇਹਦੇ ਨਾਲ ਬਹੁਤ ਖੱਟਾ ਮਿੱਠਾ ਜਿਹਾ ਟੇਸਟ ਆਉਂਦਾ ਚਟਨੀ ਦਾ। ਹੁਣ ਚਟਨੀ ਸਾਡੀ ਹੈ ਜਿਹੜੀ ਬਣ ਕੇ ਬਿਲਕੁਲ ਤਿਆਰ ਹੈ। ਨਮਕ ਪਾਉਣ ਤੋਂ ਬਾਅਦ ਜਿਹੜੀਆਂ ਸਬਜ਼ੀਆਂ ਉਹ ਆਪਣਾ ਪਾਣੀ ਸਾਰਾ ਰਿਲੀਜ਼ ਕਰਦੀਆਂ ਹੈ ਅਤੇ ਫਿਰ ਉਹਦੇ ਨਾਲ ਇਹਦੀ ਜਿਹੜੀ ਕੰਸਿਸਟੈਂਸੀ ਹੈ ਉਹ ਬਿਲਕੁਲ ਸਹੀ ਹੋ ਜਾਂਦੀ ਹੈ, ਬਿਲਕੁਲ ਪਤਲੀ ਹੋ ਜਾਂਦੀ ਹੈ। ਅਤੇ ਹੁਣ ਚਟਨੀ ਸਾਡੀ ਜਿਹੜੀ ਹੈ ਬਣ ਕੇ ਬਿਲਕੁਲ ਤਿਆਰ ਹੈ। ਬਹੁਤ ਹੀ ਵਧੀਆ ਚਟਨੀ ਬਣ ਕੇ ਤਿਆਰ ਹੁੰਦੀ ਹੈ ਅਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ। ਤੁਸੀਂ ਵੀ ਇਹਨੂੰ ਆਪਣੇ ਘਰ ਵਿੱਚ ਜ਼ਰੂਰ ਬਣਾ ਕੇ ਟਰਾਈ ਕਰਿਓ ਐਸੇ ਤਰੀਕੇ ਦੇ ਨਾਲ। ਅਤੇ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ। ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ।